ਸੁਣੀਏ ਨੇ ਜੀ ਮਨਬੀਰ ਸਿੰਘ। ਉਂਝ ਤਾਂ ਇਹ ਪੰਚਾਇਤੀ ਮੈਂਬਰ ਨੇ ਪਰ 24 ਘੰਟੇ ਇਹਨਾਂ ਦੇ ਸਿਰ 'ਤੇ ਸਰਪੰਚੀ ਦਾ ਭੂਤ ਸਵਾਰ ਰਹਿੰਦਾ। ਘਰ ਦੇ ਵਿੱਚ ਕੋਈ ਜੁਗਤ ਨਾ ਚੱਲਣ ਕਰਕੇ ਪਿੰਡ ਦੇ ਵਿੱਚ ਵੀ ਲੋਕ ਇਹਨਾਂ ਨੂੰ ਘੱਟ ਹੀ ਪੁੱਛਦੇ ਨੇ ਪਰ ਦਿਲ ਦੇ ਬਹੁਤ ਚੰਗੇ ਨੇ। ਲੈ ਬਈ ਸਰਪੰਚ ਸਾਹਿਬ ਤਾਂ ਹੋ ਗਿਆ ਤਿਆਰ। ਉਹ ਸਰਪੰਚਣੀਏ ਉਹ ਗੱਲ ਸੁਣ ਮੇਰੀ ਜਰਾ ਗਾ ਕੇ ਇੱਧਰ ਆ। ਇਹ ਬੰਦੇ ਨੂੰ ਪਤਾ ਨੀ ਕੀ ਹੁੰਦਾ ਵਾ, ਵਾਜਾਂ ਹੀ ਮਾਰਦੇ ਰਹਿੰਦੇ ਨੇ। ਕਿਹੜੀ ਸਰਪੰਚ ਨੀ, ਇਹ ਕਿਦਾਂ ਦੀਆਂ ਗੱਲਾਂ ਕਰਨ ਡੇ ਜੀ? ਪੁੱਛ ਦੇਣੇ ਮੈਂ ਸਰਪੰਚ ਤੇ ਤੂੰ ਸਰਪੰਚ ਨੀ। ਹਾਏ ਬਣੇ ਤੇ ਤੁਸੀਂ ਮੈਂਬਰ ਜੇ ਤੇ ਸਰਪੰਚ ਕਿਹੜੇ ਵੇਲੇ ਬਣ ਗਏ ਜੀ? ਉਹ ਬਣ ਜਾਣਗੇ ਸਰਪੰਚ ਵੀ, ਦਿਲ ਤੇ ਰੱਖ ਥੋੜਾ ਜਿਹਾ ਟੋਰਾ ਜੱਟ ਦੀ। ਉਹ ਗਾਂ ਜਾਓ ਮੈਂਬਰ ਜੇ ਤੁਸੀਂ, ਸਰਪੰਚ ਨੀ ਜੇ ਕੋਈ ਵੀ। ਉਹ ਮੈਂਬਰੀ ਬਾਰੇ ਰੱਬਾ ਸੋਚਣਾ ਛੱਡਤਾ ਵਾ, ਨਾਲੇ ਤੈਨੂੰ ਪਤਾ ਨਾ ਜਦੋਂ ਮੈਂ ਮੈਂਬਰ ਵੀ ਬਣਿਆ ਪੂਰੀਆਂ 31 ਵੋਟਾਂ ਪਈਆਂ ਸੀ। ਉਹ ਜਾਲੀ ਹੋਣ ਚਾਹੇ ਅਸਲੀ ਹੋਣ ਉਹ ਬਣਤ ਗਿਆ ਨਾ, ਨਾਲੇ ਹੁਣ ਮੈਂ ਸਰਪੰਚ ਬਣਨਾ ਸਰਪੰਚ। ਤੂੰ ਵੇਖੀ ਜਾ ਅੱਗੇ ਬਣਦਾ ਕੀ ਆ। ਐਵੇਂ ਸੁਪਨੇ ਲਈ ਜਾਂਦੇ ਜੀ, ਇਹ ਸਰਪੰਚੀ ਬਾਰੇ ਸੋਚੋ ਨਾਲੇ ਮੁੰਡਿਆਂ ਦਾ ਕੁਛ ਸੋਚੋ। ਉਹ ਮੁੰਡੇ ਹੈ ਕਿੱਥੇ ਆ? ਮੁੰਡੇ ਬੰਬੀ ਨੂੰ ਗਏ ਆ, ਉਹ ਮੁੰਡਿਆਂ ਦਾ ਵੀ ਬਣਾ ਬਣੂ ਲਈ ਆ, ਸਰਪੰਚੀ ਚ ਕੁਛ ਨਹੀਂ ਰੱਖਿਆ ਹੈਗਾ। ਮੈਂ ਕਿਹਾ ਤੂੰ ਵੇ ਸਹੀ ਇੱਕ ਵਾਰੀ ਸਰਪੰਚੀ ਮੇਰੇ ਹੱਥ ਜਾ ਲੈਂਦੇ, ਬਸ ਮੁੰਡਿਆਂ ਦੇ ਪੌਂ ਬਾਰਾ ਕਰ ਦੂੰ ਮੈਂ ਵੱਡੇ ਸਰਪੰਚ ਨੂੰ। ਤੇ ਇਹ ਆ ਜੀ ਮਨਬੀਰ ਸਿੰਘ ਦੀ ਧਰਮ ਪਤਨੀ ਜਸਵਿੰਦਰ ਕੌਰ। ਘਰ ਦੇ ਵਿੱਚ ਸਭ ਤੋਂ ਸਿਆਣਾ ਜੀ ਅਸੀਂ ਇਹਨੂੰ ਹੀ ਕਹਿ ਸਕਦੇ ਹਾਂ। ਮਨਬੀਰ ਸਿੰਘ ਦੀਆਂ ਪੂਰੇ ਦਿਨ ਦੀਆਂ ਸਰਪੰਚੀ ਵਾਲੀਆਂ ਫੜਾਂ ਇਹੋ ਜੀ ਸੁਣਦਾ ਪਰ ਫਿਰ ਵੀ ਮੱਥੇ 'ਤੇ ਵੱਟ ਨਹੀਂ ਪਾਉਂਦਾ। ਕਿੱਡੀ ਔਖੀ ਹੁੰਦੀ ਆ ਇਹ, ਕਿਤੇ ਸਰਪੰਚ ਨਾ ਬਣ ਜੇ ਉਹੋ ਹੀ ਗੱਲ। ਜਦੋਂ ਘਰ ਦੇ ਕਹਿਣ ਵੀ ਨਹੀਂ ਮੰਨਣਾ ਤਾਂ ਫਿਰ ਲੋਕਾਂ ਨੇ ਕਿੱਥੋਂ ਪਾਉਣੀ ਆ? ਪਰ ਮੈਂ ਬਣਨਾ ਹੀ ਬਣਨਾ ਸਰਪੰਚ। ਫਿਰ ਲੋਕਾਂ ਨੇ ਕਿਹਾ ਕਰਨਾ ਆ ਗਏ ਸਰਪੰਚ ਸਾਹਿਬ। ਉਹ ਕੰਮ ਹੀ ਕਰਦੀ ਰਹਿੰਦੀ ਆ ਭਗਵਾਨ ਨੇ, ਉਹ ਕਿਤੇ ਪਿੰਡ 'ਚ ਵੋਟਾਂ ਵਾਟਾਂ ਵੀ ਪੱਕੀਆਂ ਕਰ ਲਿਆ ਕਰ, ਆਂਢ ਗੁਆਂਢ ਦੀਆਂ ਬੀਬੀਆਂ ਨਾਲ ਜਾ ਕੇ ਗੱਲ ਕਰਿਆ ਕਰ, ਆਪਾਂ ਸਰਪੰਚੀ ਲੈਣੀ ਸਰਪੰਚੀ। ਜੇ ਹਾਰ ਹੀ ਜਾਵਾਂਗੇ ਨਾ ਤਾਂ ਟਰਾਲੀ 'ਤੇ ਸਰਪੰਚ ਲਿਖਾਉਣ ਜਾ ਕੇ ਤਾਂ ਹੋ ਹੀ ਜਾਵਾਂਗੇ ਨਾ। ਆਏ ਵੱਡੇ ਸਰਪੰਚ ਆ ਲੈਂਦੇ ਹਾਂ ਮੁੰਡਿਆਂ ਨੂੰ ਘਰ, ਤੈਨੂੰ ਤਾਂ ਅੱਜ ਮੈਂ ਸਰਪੰਚ ਬਣਾਉਂਦੀ ਹਾਂ। ਵਾਹੋ ਭਰਾਵਾ, ਉਹ ਬੜੀ ਮਾੜੀ ਹੋਈ ਉਹਦੇ ਨਾਲ। ਇਹ ਨੇ ਜੀ ਮਨਬੀਰ ਸਿੰਘ ਦੇ ਦੋ ਪੁੱਤਰ, ਵੱਡਾ ਪਿੰਦਰ ਅਤੇ ਨਿੱਕਾ ਮੈਂ ਭਾਵ ਕੇ ਜੋਬਨ। ਮਨਬੀਰ ਸਿੰਘ ਨੂੰ ਲੱਗਦਾ ਕਿ ਮੇਰੇ ਦੋਨੋਂ ਪੁੱਤਰ ਬੜੇ ਸ਼ੇਰ ਨੇ ਪਰ ਬਾਹਰ ਇਹਨਾਂ ਦੀ ਵੀ ਸਰਪੰਚ ਦੇ ਮੁੰਡੇ ਸਾਹਮਣੇ ਜ਼ਬਾਨ ਨਹੀਂ ਖੁੱਲ੍ਹਦੀ। ਮਨਬੀਰ ਸਿੰਘ ਨੂੰ ਲੱਗਦਾ ਕਿ ਇਹਨੇ ਸਰਪੰਚੀ ਜਿੱਤ ਕੇ ਆਪਣੇ ਦੋਨੇ ਮੁੰਡੇ ਕਿਤੇ ਨਾ ਕਿਤੇ ਸੈੱਟ ਕਰ ਦੇਣੇ ਆ, ਪਰ ਇਹਨਾਂ ਦੀ ਕਿਸਮਤ ਇਹਨਾਂ ਦੇ ਨਾਲ, ਦੇਖੋ ਕੀ ਹੁੰਦਾ ਅੱਗੇ। ਉਹ ਮੈਂਬਰ ਦੇ ਮੁੰਡੇ ਨੀ ਇਹ, ਕਿੱਧਰ ਦੰਦ ਕੱਢਦੇ ਆਉਂਦੇ? ਓਏ ਇੱਧਰ ਆਓ ਦੋਏ, ਗੱਲ ਸੁਣੋ। ਕੀ ਗੱਲ ਹੋ ਗਈ ਆ? ਹਾਂ ਬਈ ਕਾਹਦੀਆਂ ਖੁਸ਼ੀਆਂ ਚੜੀਆਂ? ਕਾਹਦੀਆਂ ਨੀ, ਇਹ ਤਾਂ ਉਦਾਂ ਹੀ ਗੱਲਾਂ ਕਰਦੇ ਆਉਂਦੇ ਆ, ਬੜੇ ਹੈੜ ਹੈੜ ਕਰਦੇ ਆਉਂਦੇ, ਕੀ ਗੱਲ ਆ? ਮੇਰੀ ਸੁਣ ਲਓ ਗੱਲ, ਆ ਜਿਹੜੀ ਫਿਰਨੀ ਤੋਂ ਤੁਰੇ ਆਉਂਦੇ ਜੇ ਨਾ, ਇਹਦੇ ਸੱਜੇ ਵੀ ਤੇ ਖੱਬੇ ਵੀ ਰਾਜ ਕੀ ਦਾ ਵਾ? ਸਰਪੰਚਾਂ ਦਾ। ਤੇ ਜਦੋਂ ਇੱਥੋਂ ਲੰਘਣਾ ਨਾ ਦੱਬੇ ਪੈਰੀ ਲੰਘਣਾ ਵਾ, ਆਵਾਜ਼ ਨਹੀਂ ਆਉਣੀ ਚਾਹੀਦੀ ਹੀ ਕਰਦੇ ਆਉਂਦੇ ਕਿੱਦਾਂ, ਚਲੋ ਭੱਜ ਹੁਣ। ਉਹ ਫਿਰ ਕਿਉਂ, ਅੱਜ ਤੇਰਾ ਬਾਪੂ ਸਰਪੰਚ ਆ ਤੇ ਸਾਡਾ ਬਾਪੂ ਵੀ ਮੈਂਬਰ ਹੈ, ਸਾਡੀ ਪਿੰਡ 'ਚ ਟੋਰ ਹੈ। ਆਹੋ ਜਾਓ ਵੱਡਿਓ ਮੈਂਬਰ, ਉਹ ਹੈ ਤੇ ਸਾਡੇ ਮੈਂਬਰ ਜੇ, ਸਾਡੇ ਹੀ ਥੱਲੇ ਜੇ, ਉਹ ਗੱਲ ਸੋਚ ਕੇ ਕਰੀ ਦੀ ਹੋਈ ਕੋਈ, ਚਲੋ ਪੀੜੀਆਂ ਵੱਟ ਜਾਓ ਹੁਣ। ਚੱਲ ਯਾਰ। ਇਹ ਨੇ ਜੀ ਸਰਦਾਰ ਪਵਿੱਤਰ ਸਿੰਘ ਜੀ, ਸਰਪੰਚ ਦਾ ਮੁੰਡਾ ਅਤੇ ਪਿੰਡ ਦੇ ਵਿੱਚ ਪੂਰਾ ਰੋਬ ਰੱਖਣ ਵਾਲਾ ਬੰਦਾ, ਅਤੇ ਪਿੰਦਰ ਅਤੇ ਜੋਬਨ ਸਭ ਤੋਂ ਵੱਧ ਪਿੰਡ ਵਿੱਚ ਇਹਦੇ ਹੱਥੋਂ ਹੀ ਤੰਗ ਨੇ। ਉਹ ਕਿਉਂ, ਤੁਸੀਂ ਆਪ ਹੀ ਦੇਖ ਲਿਆ ਜੀ। ਪਿੰਦਰ ਯਾਰ ਐਰਕੀ ਜੋ ਮਰਜ਼ੀ ਹੋ ਜੇ, ਬਾਪੂ ਨੂੰ ਸਰਪੰਚ ਬਣਾਉਣਾ ਹੀ ਬਣਾਉਣਾ ਵਾ, ਇਹਦੀ ਜ਼ਬਾਨ ਬੰਦ ਕਰਨੀ ਕਰੀਏ ਨਾ, ਬੜਾ ਲਹੂ ਪੀਤਾ ਸਾਡਾ ਦੇ। ਹੱਦ ਹੋ ਗਈ ਯਾਰ, ਰੋਜ਼ ਹੀ ਨਵਾਂ ਤਾਨਾ, ਰੋਜ਼ ਹੀ ਨਵਾਂ ਤਾਨਾ, ਉਹ ਤਾਂ ਬਾਪੂ ਵੀ ਸਾਡਾ ਉਜਰ ਨਹੀਂ ਕਰਦਾ। ਨਹੀਂ ਐਤਕੀ ਲਾਉਂਦੇ ਯਾਰ, ਗੱਲਾਂ ਕਰੀ ਜਾਊਗਾ, ਸਰਪੰਚ ਬਣਾ ਕੇ ਟੋਰ ਬਣਾਉਂਦੇ ਆ ਪਿੰਡ 'ਚ ਆਪਣਾ। ਮੇਰਾ ਬੜਾ ਗੁੱਸਾ ਚੜਿਆ, ਮੇਰਾ ਜੀ ਕਹਿੰਦਾ ਕਈ ਮਾਰਾਂ ਇਹਦੇ ਜੀ, ਤੇ ਮੇਰਾ ਬੜਾ ਕਰਦਾ ਪਰ ਹੁਣ ਕੀ ਕਰੀਏ, ਹੈ ਸਰਪੰਚ ਦਾ ਮੁੰਡਾ ਵਾ। ਚਲ ਆ ਯਾਰ ਕਰਦੇ ਹੱਲ। ਸਰਪੰਚ ਸਾਹਿਬ ਘਰੇ ਜੇ? ਉਹ ਬੱਲੇ ਬੱਲੇ ਬੱਲੇ, ਉਹ ਕਿੱਦਾਂ ਤੇਰੇ? ਹਾਂਜੀ ਉਹ ਆ ਜਾ ਅਨਮੋਲ, ਆ ਜਾ ਬਹਿ ਜਾ, ਹੋਰ ਸੁਣਾ? ਠੀਕ ਆ ਲੱਲਾ ਕੁਰਸੀ। ਉਹ ਜਦੋਂ ਤੂੰ ਮੈਨੂੰ ਸਰਪੰਚ ਸਾਹਿਬ ਕਹਿੰਦਾ ਨਾ, ਸੱਚੀ ਗੱਲ ਆ ਮੇਰਾ ਦਿਲ ਬਾਗੋ ਬਾਗ ਹੋ ਜਾਂਦਾ ਵਾ। ਇੱਕ ਤੂੰ ਹੀ ਆ
ਜਿਹੜਾ ਮੇਰੀ ਪੂਰੀ ਹਮਾਇਤ ਕਰਨਾ ਸਾਰੇ ਪਿੰਡ ਦਾ। ਮੈਂ ਦਿਨ ਰਾਤ ਇੱਕ ਕਰਨਾ ਅਰਜੀ, ਤੁਹਾਨੂੰ ਵੋਟਾਂ ਜਿਤਾ ਕੇ ਛੱਡਣਾ ਭਾਵੇਂ ਦਿਨ ਰਾਤ ਇੱਕ ਕਰਨਾ। ਮੈਂ ਕਿੰਨਾ ਥੋੜੀ ਆ, ਮੈਂ ਤੁਹਾਨੂੰ ਸਰਪੰਚ ਮੰਨਦਾ ਹਾਂ। ਉਹ ਲੈ ਆ ਯੋ ਬੰਦਾ ਜਿਹੜਾ ਲਵੀ ਦਿਲੋਂ ਗੱਲ ਕੀਤੀ ਆ ਤੂੰ, ਸੱਚੀ ਗੱਲ ਆ। ਜੇ ਤੂੰ ਮੈਨੂੰ ਮੰਨਦਾ ਵਾ ਨਾ ਤੇ ਮੈਂ ਵੀ ਆਪਣੇ ਆਪ ਨੂੰ ਸਰਪੰਚ ਸਮਝਣਾ ਵਾ। ਮੈਂ ਇਹ ਨਹੀਂ ਸਮਝਦਾ ਮੈਂ ਬਣਨਾ ਵਾ, ਮੈਂ ਸਮਝਣਾ ਵੀ ਮੈਂ ਬਣਿਆ ਵਾ। ਪਰ ਗੇਮ ਸਾਰੀ ਤੇਰੇ ਸਿਰ ਤੇ ਆ ਕੀ, ਨਾਲੇ ਕੰਮ ਹੀ ਗਿਆ ਤੁਹਾਡੇ ਨਾਲ ਇੱਕ। ਉਹ ਦੱਸ ਤੂੰ ਕਿਹੜਾ ਕੰਮ ਆ? ਉਹ ਨਾ ਬੰਦੇ ਹੀ ਤੋਕ ਅੱਛਾ ਖਰਚਾ ਮੰਗਦੇ ਸੀ, ਮੈਂ ਕਿਹਾ ਕਰ ਦਈਏ ਪੱਕੇ। ਕੋਈ ਗੱਲ ਨਹੀਂ ਯਾਰ, ਇਹ ਕਿਹੜੀ ਗੱਲ ਆ, ਆ ਲੈ ਤੂੰ ਹੁਣੇ ਫੜ ਖਰਚਾ, ਆ ਲੈ ਚੁੱਕ ਉਹ ਖਵਾ ਲਿਆ ਪੈ ਲਿਆ ਕਰ, ਬੰਦਿਆਂ ਨੂੰ ਪੱਕੇ ਕਰਕੇ ਰੱਖ ਚੰਗੀ ਤਰ੍ਹਾਂ। ਬਾਅਦ ਤੁਸੀਂ ਇੱਦਾਂ ਸੇਵਾ ਪਾਣੀ ਕਰਦੇ ਰਹੋ, ਮੇਰੀਆਂ ਵੋਟਾਂ ਦੇ ਹੱਥ ਵਿੱਚ ਹੋਣਗੀਆਂ ਹੱਥ ਵਿੱਚ। ਤੇਰੇ ਜਾਂ ਮੈਨੂੰ ਕਾਹਦਾ ਫਿਕਰ ਆ ਭਲਾ, ਹੁਣ ਤਾਂ ਸਰਪੰਚੀ ਪੱਕੀ ਆ ਆਪਣੀ। ਚਲੋ ਠੀਕ ਫਿਰ, ਮੈਂ ਤੂੰ ਨਜ਼ਾਰੇ ਲੈ ਜਾ ਕੇ। ਚੱਲ ਵੀ ਤਾਇਆ, ਤੂੰ ਤੇ ਸਰਪੰਚ ਬਣਨਾ ਵਾ ਕਿ ਨਹੀਂ, ਆਪਣਾ ਤੇ ਖਰਚਾ ਪਾਣੀ ਚੱਲੀ ਜਾਣ ਡਿਆ। ਆ ਬੈਠਾ ਹੀ ਬਾਪੂ, ਹੁਣ ਇਹਦੇ ਨਾਲ ਅੱਜ ਗੱਲ ਕਰ ਲਈ, ਪੱਕਾ ਕਰਦੇ ਇਹਨੂੰ ਇੱਕ ਵਾਰੀ। ਆਇਆ ਜਾ ਪੈਨੇ ਆ। ਆ ਗਏ ਹੋ? ਆ ਗਏ ਡੈਡੀ ਜੀ। ਬਹੁਤ ਹਾਲਾ ਵਾ ਯਾਰ, ਸਾਈ ਹੈ ਕੀ, ਬੜਾ ਤੰਗ ਕੀਤਾ ਸਰਪੰਚ ਦੇ ਮੁੰਡੇ ਨੇ। ਕਿਉਂ? ਮੋਟਰ ਧੋਣ ਡੇ ਹਾਂ। ਅੱਛਾ, ਇਹ ਗੱਲਾਂ ਮਾਰਦੇ ਆਪੋ ਚ ਆ ਖਲਾਰ ਕੇ ਤੂੰ ਹੱਸਦੇ ਕਿਉਂ ਡੇ ਹੋ? ਉਹ ਤੇ ਸਾਨੂੰ ਬੋਲਣ ਨਹੀਂ ਦਿੰਦਾ, ਉੱਥੇ ਕਹਿੰਦਾ ਇਹ ਫਿਰ ਨਹੀਂ ਤੇ ਇੱਧਰ ਤੇ ਇੱਧਰ ਸਰਪੰਚ ਦੀ ਪੈਲੀ ਆ, ਤੇ ਤੁਸੀਂ ਇਹ ਚੁੱਪ ਕਰਕੇ ਲੰਘਣਾ। ਇੰਨੀ ਜ਼ੋਰ ਤੋਂ ਦੀ ਤੇ ਹੋਰ ਕੀ? ਨਹੀਂ ਤੇ ਤੁਸੀਂ ਉਹਨੂੰ ਫੜਨਾ ਸੀ ਨਾ, ਤੁਸੀਂ ਦੋਵੇਂ ਜਾਣੇ ਹੋ। ਡੈਡੀ ਅਸੀਂ ਝੱਕ ਗਏ, ਉਹ ਸਰਪੰਚ ਨੇ। ਉਹ ਜਾ ਆਓ ਪਰੇ, ਉਹ ਤੇਰਾ ਪਿਓ ਵੀ ਸਰਪੰਚ ਵਾ। ਉਹ ਡੈਡੀ ਤੁਸੀਂ ਤੇ ਮੈਂਬਰ ਜੀ, ਤੁਸੀਂ ਥੋੜੀ ਸਰਪੰਚ ਜੀ ਅਜੇ। ਉਹ ਮੈਂ ਕੋਈ ਮਾੜਾ ਮੋਟਾ ਮੈਂਬਰ ਨੀਗਾ, ਪੂਰਾ ਕੱਤੀਆਂ ਵੋਟਾਂ ਨਾਲ ਬਣਿਆ ਮੈਂਬਰ। ਲੈ ਸੁਣ ਲਾ, ਉਹੋ ਹੀ ਗੱਲ, ਅਸੀਂ ਤੁਹਾਨੂੰ ਇਹ ਕਹਿਣ ਆਏ ਆ ਵੀ ਐਰਕੀ ਵੋਟਾਂ 'ਚ ਪੂਰਾ ਜ਼ੋਰ ਲਾਉਣਾ ਵਾ। ਉਹ ਵੋਟਾਂ 'ਚ ਵੀ ਲਾਵਾਂਗੇ, ਪਰ ਹੁਣ ਵੀ ਤੁਸੀਂ ਮੈਨੂੰ ਸਰਪੰਚ ਸਮਝਿਆ ਕਰੋ, ਤੁਸੀਂ ਤੇ ਘਰ ਦੇ ਨਹੀਂ ਸਰਪੰਚ ਸਮਝਦੇ। ਉਹ ਅਨਮੋਲ ਆਇਆ ਸੀ, ਉਹ ਆਂਦਾ ਮੈਂ ਤੁਹਾਨੂੰ ਸਰਪੰਚ ਮੰਨਦਾ ਵਾਂ। ਡੈਡੀ ਗਾਂ ਜ਼ੋਰ ਲਾਈਏ ਪੂਰਾ, ਇਹਨਾਂ ਨੂੰ ਥੱਲੇ ਲਾਈਏ, ਨਾਲੇ ਅਨਮੋਲ ਦੀਆਂ ਸਲਾਹਾਂ ਨਾਲ ਥੋੜੀ ਤੁਹਾਡੇ ਕੋਲ ਬਣਿਆ ਜਾਣਾ ਸਰਪੰਚ। ਉਹ ਨਹੀਂ ਯਾਰ, ਮੈਂ ਉਹਨੂੰ ਖਰਚਾ ਵਰਚਾ ਦਿੱਤਾ, ਬੰਦਿਆਂ ਨੂੰ ਖਵਾਲਣ ਪੈ ਲੈਣ ਡਿਆ ਜਾ ਕੇ। ਤੁਹਾਡੇ ਨਾਲੋਂ ਵੱਧ ਹਮਾਇਤ ਕਰਦਾ ਮੇਰੀ ਅਨਮੋਲ, ਅਗਲਾ ਪੂਰੀ ਮਿਹਨਤ ਕਰਨ ਡਿਆ ਪਿੰਡ 'ਚ ਮੈਨੂੰ ਸਰਪੰਚ ਬਣਾਉਣ ਵਾਸਤੇ। ਕੋਈ ਉਹਦੇ ਸਿਰ ਤੇ ਬਣ ਗਏ ਆਪਾਂ ਸਰਪੰਚ, ਫਿਰ ਕੋਈ ਚੰਗਾ ਕੰਮ ਕਰੋ। ਉਹ ਚੰਗਾ ਕੰਮ ਤੇ ਆ ਵੀ ਤੁਸੀਂ ਤਾਂ ਡਰ ਕੇ ਆ ਗਏ ਘਰ, ਸਰਪੰਚ ਦੇ ਮੁੰਡੇ ਨੇ ਜਦੋਂ ਕੋਈ ਗੱਲ ਕੀਤੀ ਤੁਸੀਂ ਦੋਵੇਂ ਜਣੇ ਫੜ ਕੇ ਉਹਨੂੰ ਲੰਮੇ ਪਾਉਣਾ ਸੀ, ਜਰਾ ਰਗੜਾ ਲਾਉਣਾ ਸੀ ਨਾ ਫੜ ਕੇ। ਡੈਡੀ ਜਿੱਦਾਂ ਸਰਪੰਚ ਬਣ ਗਏ ਨਾ, ਪਹਿਲਾਂ ਇਹਦੀ ਮੰਜੀ ਠੋਕਣੀ ਹੈ। ਉਹ ਸਰਪੰਚ ਤਾਂ ਹੀ ਬਣਾਂਗੇ ਜੇ ਇੱਕ ਦੋਵਾਂ ਨੂੰ ਫੜ ਕੇ ਥੱਲੇ ਲੰਮੇ ਪਾਓਗੇ, ਤੇ ਜੇ ਤੁਸੀਂ ਤਾਂ ਝੱਕਦੇ ਰਹੇ ਡਰਦੇ ਰਹੇ ਫੇਰ ਤੇ ਹੀ ਬਣ ਗਏ ਸਰਪੰਚ। ਗੱਲ ਹੀ ਨਾ ਹੁਣ ਡੈਡੀ ਨੂੰ ਫਿਰ ਇਦਾਂ ਹੀ ਕਰਦੇ ਫਿਰ ਹੁਣ ਕੇ। ਤੇ ਹੋਰ ਚਲਾ ਫਿਰ ਕੰਮ ਕਰੀਏ ਆਪਣਾ, ਜਿਹੜਾ ਆਉਂਦਾ ਅੱਗੇ ਲੰਮੇ ਪਾਈ ਜਾਓ, ਪੂਰਾ ਡਰ ਪੈਦਾ ਕਰ ਦਿਓ ਪਿੰਡ 'ਚ, ਫੇਰ ਬਣਨਾ ਸਰਪੰਚ। ਇਦਾਂ ਸਰਪੰਚੀ ਲੈਣ ਡਏ ਆ ਬੰਨੇ ਤੁਹਾਡੇ, ਖੁੱਲ੍ਹਾ ਚੱਲਣ ਡਿਆ ਵਾ। ਖਰਚੇ ਵਰਚੇ ਤੋਂ ਸਾਨੂੰ ਤੰਗੀ ਕੋਈ ਨਹੀਂ, ਲੰਗਰ ਪਾਣੀ ਆਪਾਂ ਖੁੱਲ੍ਹਾ ਚਲਾ ਦੇਣਾ ਵਾ, ਬਸ ਤੁਸੀਂ ਬੰਦੇ ਚੋੜੋ ਬੰਦੇ, ਸਰਪੰਚੀ ਲੈਣੀ ਸਰਪੰਚੀ, ਠੀਕ ਆ ਕਿ ਨਹੀਂ? ਚੱਲ ਠੀਕ ਆ, ਚੰਗਾ। ਮੈਂ ਕਹਿੰਦੀ ਹਾਂ ਕੋਈ ਮੁੰਡੇ ਦੇ ਵਿਆਹ ਦੀ ਗੱਲਬਾਤ ਚਲਾਓ, ਉਹ ਸਰਪੰਚੀ ਜੀ ਰਹਿੰਦੇ ਜੇ ਤੁਸੀਂ, ਸਰਪੰਚੀ ਦੀ ਗੱਲ ਛੱਡੋ, ਮੁੰਡੇ ਦੇ ਕੋਈ ਮੰਗਣ ਦੀ ਗੱਲ ਕਰੋ, ਕੋਈ ਮੁੰਡਾ ਵਿਆਹੀ ਹੈ ਨਹੀਂ। ਉਹ ਭਾਗਵਾਨ ਹੈ, ਜਿੱਦਣ ਕਿਤੇ ਤੇਰੇ ਮੁੰਡੇ ਦੀ ਜੰਜ ਚੜ੍ਹਨੀ ਆ ਨਾ, ਉਦਣ ਵੇਖੀ ਫਿਰ ਤੂੰ। ਉਹ ਮੁੰਡੇ ਦਾ ਪਿਓ ਵੀ ਸਰਪੰਚ, ਉਹ ਪਿਓ ਦੇ ਯਾਰ ਵੀ ਸਰਪੰਚ, ਉਹ ਰਿਸ਼ਤੇਦਾਰ ਵੀ ਸਰਪੰਚ, ਜੰਜ ਤੇ ਜਾਊਗੀ ਸਰਪੰਚਾਂ ਦੀ, ਪਤਾ ਲੱਗ ਜੂ ਸਰਪੰਚ ਆਏ ਆ ਵਿਆਹੁਣ ਅੱਜ। ਚੱਲ ਠੀਕ ਆ ਸਰਪੰਚ, ਸਰਪੰਚ ਚੱਲ ਜਾ, ਆਪਾਂ ਫਿਰ ਘਰ ਹੀ ਰਹਿ ਲਾਂਗੇ, ਸਾਡੀ ਕਿਹੜੀ ਗੱਲ। ਉਹ ਤੂੰ ਵੀ ਸਰਪੰਚਣੀ ਆ, ਉਹ ਸਰਪੰਚਣੀ ਆ, ਤੈਨੂੰ ਤਾਂ ਨਾਲ ਜਾਣਾ ਹੀ ਪੈਣਾ, ਨਾਲੇ ਕੁੜਮਣੀ ਨਾਲੇ ਸਰਪੰਚਣੀ। ਲੈ ਮੈਂ ਰਟੌਰ ਬਣਾਉਣ ਡਿਆ ਤੇ ਉਹ ਮੇਰੇ ਦੁਆਲੇ ਹੋਣ ਡਈ ਆ, ਭਲੇ ਉਹ ਤੇਰੇ। ਸੋ ਇਹ ਆ ਜੀ ਮਨਵੀਰ ਸਿੰਘ ਦਾ ਹੱਸਦਾ ਖੇਡਦਾ ਪਰਿਵਾਰ। ਪਰ ਕਹਿੰਦੇ ਆ ਨਾ ਕਿ ਜਦੋਂ ਖੁਸ਼ੀ ਆਉਂਦੀ ਆ ਤੇ ਨਾਲ ਦੁੱਖ ਵੀ ਆਉਂਦੇ ਨੇ। ਹੁਣ ਦੇਖੋ ਕਿ ਮਨਵੀਰ ਸਿੰਘ ਸਰਪੰਚ ਬਣ ਪਾਉਂਦਾ ਆ ਜਾਂ ਨਹੀਂ, ਤੇ ਅੱਗੇ ਅੱਗੇ ਕੀ ਹੁੰਦਾ ਆ, ਦੇਖਦੇ ਰਹੋ ਇਸ ਵੀਡੀਓ ਨੂੰ।